ਕੋਈ ਵੀ ਬਿਰਬੀ ਜਿਹੜੀ ਕਿਸੇ ਵੀ ਰੂਪ ਦੇ ਵਿੱਚ ਕਰਦਾ ਤੇ ਮੈਂ ਸਮਝਦਾ ਹਾਂ ਕਿ ਇਹ ਬਹੁਤ ਮਾੜੀ ਘਟਨਾ ਔਰ ਕਿਸੇ ਨੂੰ ਵੀ ਨਾ ਤਾਂ ਕਿਸੇ ਹੋਰ ਧਰਮ ਦੀ ਬਿਰਬੀ ਕਰਨੀ ਚਾਹੀਦੀ ਹੈ, ਭਾਵੇਂ ਹਿੰਦੂ ਧਰਮ ਹੋਵੇ, ਭਾਵੇਂ ਸਿੱਖ ਧਰਮ ਹੋਵੇ, ਭਾਵੇਂ ਮੁਸਲਮਾਨ ਧਰਮ ਹੋਵੇ। ਪਰ ਮੈਨੂੰ ਅਫਸੋਸ ਹੈ, ਮੈਂ ਨਹੀਂ ਆਹਦਾ ਵੀ ਉਹਨਾਂ ਧਰਮਾਂ ਦੀ ਬਿਰਬੀ ਕੋਈ ਕਰੇ, ਪਰ ਇਹ ਗੁਰਦੁਆਰਿਆਂ ਨੂੰ ਕੋਈ ਭੱਜ ਭੱਜ ਆਉਂਦੇ ਆ, ਇਹਦੇ ਪਿੱਛੇ ਕੋਈ ਸਾਜ਼ਿਸ਼ ਜ਼ਰੂਰ ਹੈਗੀ ਆ ਕੋਈ ਏਜੰਸੀਆਂ ਦੀ, ਕਿਉਂਕਿ ਜਿਹੜੇ ਸਿੱਖ ਦਾ ਕੀਦਾ ਨਾ ਉਹ ਗੁਰੂ ਗ੍ਰੰਥ ਸਾਹਿਬ 'ਤੇ ਆ, ਉਹਦਾ ਕੀਦਾ ਅਕਾਲ ਤਖਤ ਸਾਹਿਬ 'ਤੇ ਆ, ਉਹਦਾ ਕੀਦਾ ਸੱਚਖੰਡ ਹਰਿਮੰਦਰ ਸਾਹਿਬ 'ਤੇ ਆ। ਅੱਜ ਏਜੰਸੀਆਂ ਦਾ ਜ਼ੋਰ ਲੱਗਾ ਪਿਆ ਹੈ ਵੀ ਸਿੱਖ ਨੂੰ ਜਿਹੜਾ ਮੋਢਿਆਂ ਨੂੰ ਤੋੜ ਦਿਓ। ਜਦੋਂ ਬਦਾਲੀ ਚੜ੍ਹ ਕੇ ਆਉਂਦਾ ਸੀ ਨਾ ਤੇ ਉਹ ਇੱਥੇ ਉਹਨੇ 35,000 ਸਿੰਘ ਸਾਡਾ ਕੋਪੜੀ ਰਸ਼ੀਦ ਕਰਤਾ ਸੀ, ਤੇ ਜਦੋਂ ਉਹਨੂੰ ਪੁੱਛਿਆ ਵੀ ਫੇਰ ਇਹ ਸਿੰਘਾਂ ਨੇ ਇੱਥੇ ਆਣ ਕੇ ਲੜਾਈ ਲੜ ਕੇ ਉਹਨਾਂ ਦੇ ਬੰਦਿਆਂ ਨੂੰ ਫੇਰ ਫੜਿਆ, ਉਹਨਾਂ ਨੇ ਹਰਿਮੰਦਰ ਸਾਹਿਬ ਵੀ ਇੱਥੇ ਜਿਹੜਾ ਸਰੋਵਰ ਹੀ ਪੂਰਤਾ ਸੀ, ਤੇ ਜੱਸਾ ਸਿੰਘ ਜੀ ਆਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ ਨੇ ਕਿਹਾ ਵੀ ਆਪਾਂ ਨਹੀਂ ਇਹ ਸੇਵਾ ਤਾਂ ਕਰਾਂਗੇ ਪਰ ਇਹਨਾਂ ਤੋਂ ਹੀ ਕਢਾਉਣਾ ਹੈ ਆਪਾਂ ਜਿਹੜਾ ਇਹ ਵਿੱਚ ਇਹਨਾਂ ਨੇ ਗੰਦ ਸੁੱਟਿਆ ਸਾਰਾ ਕੁਛ। ਫਿਰ ਉਹਨਾਂ ਦਾ 300 ਬੰਦਾ ਫੜ ਕੇ ਇੱਥੇ ਕਾਰ ਸੇਵਾ ਜਿਹੜੀ ਉਹ ਕਰਾਈ ਸੀ। ਇਹ ਅੱਜ ਨਹੀਂ, ਇਹ ਸ਼ੁਰੂ ਤੋਂ ਹੀ ਕੋਈ ਵੀ ਹਾਕਮ ਆਇਆ ਹੈ ਉਹਦਾ ਰੂਪ ਜ਼ਰੂਰ ਬਦਲਿਆ ਪਰ ਉਹਦੀ ਜਿਹੜਾ ਜੇਨ ਆ ਨਾ ਉਹ ਨਹੀਂ ਬਦਲਿਆ। ਉਹ ਸੱਚਖੰਡ ਹਰਿਮੰਦਰ ਸਾਹਿਬ ਦੀ ਬਿਰਬੀ, ਗੁਰੂ ਗ੍ਰੰਥ ਸਾਹਿਬ ਦੀ ਬਿਰਬੀ, ਜਾਂ ਜਤਰਾਜ ਅਕਾਲ ਤਖਤ ਸਾਹਿਬ 'ਤੇ ਹਮਲਾ ਹੀ ਕਰਤਾ ਤੁਹਾਡੇ ਸਾਰਿਆਂ ਸਾਹਮਣੇ ਆ। ਸੋ ਮੈਂ ਸਮਝਦਾ ਬਿਰਬੀ ਕਰਨ ਵਾਲੇ ਲੋਕ ਜਿਹੜੇ ਆ ਉਹ ਸਿੱਖ ਤਾਂ ਨਹੀਂ ਹੋ ਸਕਦੇ, ਸਿੱਖ ਨਹੀਂ ਹੋ ਸਕਦੇ। ਔਰ ਜਿਹੜਾ ਕੋਈ ਬਿਰਬੀ ਕਰਦਾ ਬਹੁਤ ਮਾੜੀ ਗੱਲ ਆ ਔਰ ਬਿਲਕੁਲ ਮਾੜੀ ਘਟਨਾ ਹੋਈ ਆ ਮੈਂ ਨਿੰਦਿਆ ਕਰ। ਕਿਹਦਾ ਉਹ ਫਿਰ ਵੇਖੋ ਨਾ, ਤੁਸੀਂ ਵੇਖੋ ਨਾ, ਉਹ ਤਾਂ ਫਿਰ ਕੋਈ ਵੀ ਕਿਸੇ ਨੂੰ ਦੇ ਕੇ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਾ ਸਕਦਾ, ਕੋਈ ਵੀ ਕਿਸੇ ਧਰਮ ਦੀ। ਮੈਂ ਨਹੀਂ ਇਹਦਾ ਕਿਸੇ ਧਰਮ ਦੀ ਕੋਈ ਬੇਅਦਬੀ ਹੋਵੇ, ਬਿਲਕੁਲ ਮੇਰੇ ਗੱਲ ਦੇ ਖਿਲਾਫ਼ ਆ, ਸਾਰੇ ਧਰਮਾਂ ਦਾ ਹੀ ਸਤਿਕਾਰ ਕਰਦੇ ਹਾਂ। ਪਰ ਇਹ ਜੇ 2-4 ਹਜ਼ਾਰ ਬਦਲੇ ਕੋਈ ਕਰਦਾ ਤਾਂ ਮੈਂ ਸਮਝਦਾ ਵੀ ਬਿਲਕੁਲ ਉਹਦੀ ਜਾਂਚ ਹੋਵੇ, ਉਹਦੀ ਤਹਿ ਤੱਕ ਜਾਇਆ ਜਾਵੇ। ਪਰ ਅੱਜ ਤੱਕ ਜਾਂਚ ਤੋਂ ਲੱਭਾ ਤਾਂ ਕੁਛ ਨਹੀਂ, ਸੱਚਖੰਡ ਹਰਿਮੰਦਰ ਸਾਹਿਬ ਇੱਕ ਛਾਲ ਮਾਰ ਕੇ ਜੰਗਲੇ ਤੋਂ ਅਗਲੇ ਦਾ ਚਲਾ ਗਿਆ, ਤੁਸੀਂ ਸਾਰੇ ਇੱਥੇ ਪ੍ਰੈਸ ਸੀ ਅਤੇ ਹੁਣ ਤੱਕ ਉਹਦਾ ਪਤਾ ਲੱਗਾ ਵੀ ਕੌਣ ਸੀ, ਕਿੰਨੇ ਭੇਜਿਆ ਸੀ। ਸੋ ਉਹਦੀ ਜਾਂਚ ਹੋਣੀ ਚਾਹੀਦੀ ਆ ਔਰ ਕਰਨੀ ਚਾਹੀਦੀ ਆ, ਔਰ ਨੰਗੇ ਤਾਂ ਕਰੀਏ ਵੀ ਕਿਤੋਂ ਪੈਸੇ ਲੈ, ਕਿੰਨੇ ਦਿੱਤੇ ਔਰ ਕਿਹਦੇ ਪਿੱਛੇ ਮਨਸ਼ਾ ਕੀ ਸੀ।